ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਵਾਸਤੇ ਘਾਟੇ ਦਾ ਸਬੱਬ ਬਣਦੀਆਂ ਜਾ ਰਹੀਆਂ ਨੇ। ਵਿਆਜ ਦਰਾਂ ਦੇ ਵਿੱਚ ਵਾਧੇ ਕਾਰਨ ਮਾਰਕੀਟ ਦੇ ਵਿੱਚ ਬਾਇਰਸ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਨਵੇਂ ਘਰਾਂ ਦੀ ਉਸਾਰੀ ਤਾਂ ਹੋ ਰਹੀ ਹੈ ਪਰ ਉਹਦੇ ਲਈ ਬਾਇਰਸ ਮਾਰਕੀਟ ਦੇ ਵਿੱਚ ਨਹੀਂ ਹੈਗੇ। ਨਵੇਂ ਖਰੀਦਦਾਰਾਂ ਲਈ ਰੀਅਲ ਏਸਟੇਟ ਏਜੰਟਸ ਨੂੰ ਕੜੀ ਮੁਸ਼ਕਤ ਕਰਨੀ ਪੈ ਰਹੀ ਹੈ। ਕੰਸਟਰਕਸ਼ਨ ਕਾਸਟ ਦੇ ਉੱਤੇ ਖਰਚਾ ਜਿਹੜਾ ਉਹ ਵੱਧ ਗਿਆ ਪਰ ਵਿਆਜ ਦਰਾਂ ਵਧਣ ਨਾਲ ਘਰਾਂ ਦੀ ਜਿਹੜੀ ਕੀਮਤ ਹੈ ਉਹ ਮੁਨਾਫੇ ਸਮੇਤ ਨਹੀਂ ਮਿਲ ਰਹੀ। ਰੀਅਲ ਸਟੇਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸਾਲ 2009 ਤੋਂ ਬਾਅਦ ਜਨਵਰੀ 2023 ਦਾ ਜਿਹੜਾ ਮਹੀਨਾ ਰਿਹਾ ਇਹ ਘਾਟੇ 'ਚ ਗਿਆ। ਇਸ ਸਾਲ ਕੀਮਤਾਂ ਜਿਹੜੀਆਂ ਉਹ 8 ਲੱਖ ਤੋਂ ਘੱਟ ਕੇ 6,12,206 ਕੈਨੇਡੀਅਨ ਡਾਲਰ 'ਤੇ ਇੱਕ ਜਿਹੜਾ ਘਰ ਹੈ ਉਹਦੀ ਕੀਮਤ ਆਂਕੀ ਗਈ। ਕੰਸਟਰਕਸ਼ਨ ਕੋਸਟ ਵਧੀ ਹੈ ਕਿਉਂਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਜਿਹੜੀਆਂ ਵਧਾ ਦਿੱਤੀਆਂ। ਰਿਸੈਸ਼ਨ ਦਾ ਦੌਰ ਰਿਹਾ ਕਰੋਨਾ ਤੋਂ ਬਾਅਦ ਜਿਸ ਕਾਰਨ ਲੋਕਾਂ ਦੀ ਆਮਦਨ ਘਟੀ, ਲੋਕਾਂ ਦੇ ਰੁਜ਼ਗਾਰ ਬੰਦ ਹੋਏ, ਲੋਕਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਹੋਇਆ ਅਤੇ ਮਾਰਕੀਟ ਦੇ ਵਿੱਚ ਖਰੀਦਦਾਰ ਜਿਹੜਾ ਉਹ ਅਲੋਪ ਹੋ ਗਿਆ ਜਿਸ ਕਾਰਨ ਰੀਅਲ ਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਵਾਸਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਨੇ। ਇਸ ਤੋਂ ਪਹਿਲਾਂ ਜਸਟਿਨ ਟਰੂਡੋ ਸਰਕਾਰ ਨੇ ਇੱਕ ਫੈਸਲਾ ਲਿਆ ਸੀਗਾ ਜਿੱਥੇ ਉਹਨਾਂ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜੇ ਬਾਹਰੀ ਲੋਕ ਆਏ ਹੋਏ ਆ, ਜਿਹੜੇ ਗੈਰ ਕੈਨੇਡੀਅਨਸ ਨੇ, ਜਿਹੜੇ ਹੋਰ ਮੁਲਕਾਂ ਤੋਂ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋਏ ਹੋਏ ਆ, ਉਹਨਾਂ ਦੇ ਘਰ ਖਰੀਦਣ 'ਤੇ ਪਾਬੰਦੀ ਲਾ ਦਿੱਤੀ ਸੀ। ਉਦੋਂ ਜਸਟਿਨ ਟਰੂਡੋ ਸਰਕਾਰ ਨੇ ਇਹ ਤਰਕ ਦਿੱਤਾ ਸੀਗਾ ਕਿ ਜਿਹੜੇ ਹੋਰਨਾਂ ਮੁਲਕਾਂ ਤੋਂ ਧਨਾੜ ਲੋਕ, ਪੈਸੇ ਵਾਲੇ ਲੋਕ ਆਏ ਹੋਏ ਆ, ਉਹ ਰੀਅਲ ਸਟੇਟ ਬਿਜ਼ਨਸ 'ਤੇ ਕੰਟਰੋਲ ਕਰਨਾ ਚਾਹੁੰਦੇ ਆ, ਉਹ ਰੀਅਲ ਸਟੇਟ ਬਿਜ਼ਨਸ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਆ। ਉਹ ਕਦੀ ਤਾਂ ਘਰਾਂ ਦੀਆਂ ਕੀਮਤਾਂ ਵਧਾ ਦਿੰਦੇ ਨੇ ਅਤੇ ਆਪਣੀ ਮਰਜ਼ੀ ਨਾਲ ਹੀ ਕੀਮਤਾਂ ਘਟਾ ਦਿੰਦੇ ਨੇ। ਜਿਸ 'ਤੇ ਕਰੜਾ ਫੈਸਲਾ ਲੈਂਦਿਆਂ ਟਰੂਡੋ ਸਰਕਾਰ ਨੇ ਉਦੋਂ ਸ਼ਹਿਰੀ ਇਲਾਕਿਆਂ ਦੇ ਵਿੱਚ PR ਹੋ ਕੇ ਗਏ ਜਾਂ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਜਾਂ ਜਿਨ੍ਹਾਂ ਨੇ ਬਿਜ਼ਨਸ ਇਨਵੈਸਟਮੈਂਟ ਜਾਂ ਕੋਈ ਹੋਰ ਤਰ੍ਹਾਂ ਦਾ ਵੀਜ਼ਾ ਲੈ ਕੇ ਕੈਨੇਡਾ ਵਿੱਚ ਆਪਣੀ ਠਾਰ ਪੱਕੀ ਕੀਤੀ, ਉਹਨਾਂ ਦੇ ਘਰ ਖਰੀਦਣ 'ਤੇ ਪਾਬੰਦੀ ਲਾਈ ਸੀ। ਪਰ ਜਿਹੜੇ ਕੈਨੇਡੀਅਨਸ, ਜਿਹੜੇ ਉੱਥੋਂ ਦੇ ਮੂਲ ਨਿਵਾਸੀ, ਜਿਹੜੇ ਉੱਥੋਂ ਦੇ ਨਾਗਰਿਕ ਨੇ, ਜਿਹੜੇ ਰੀਅਲ ਇਸਟੇਟ ਦਾ ਬਿਜ਼ਨਸ ਕਰਦੇ ਨੇ, ਉਹਨਾਂ ਨੂੰ ਇਸ ਵੇਲੇ ਬੜਾ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦਾ ਇੱਕ ਕਾਰਨ ਕਰੋਨਾ ਮਹਾਂਮਾਰੀ ਵੀ ਰਿਹਾ ਜਿਸ ਤੋਂ ਬਾਅਦ ਲੋਕਾਂ ਦੇ ਰੁਜ਼ਗਾਰ ਬੰਦ ਹੋਏ, ਲੋਕਾਂ ਦੇ ਕਾਰੋਬਾਰ ਬੰਦ ਹੋਏ। ਹਾਲਾਂਕਿ ਉੱਥੇ ਬਹੁਤ ਤਾਦਾਦ ਵਿੱਚ ਸਟੂਡੈਂਟਸ ਵੀ ਗਏ, ਉਹ ਪੰਜਾਬ ਤੋਂ ਗਏ, ਇੰਡੀਆ ਤੋਂ ਗਏ ਜਾਂ ਏਸ਼ੀਆ ਦੇ ਹੋਰ ਮੁਲਕਾਂ 'ਚੋਂ ਗਏ, ਪਰ ਬਾਵਜੂਦ ਇਸਦੇ ਕਿਉਂਕਿ ਕੰਮ ਨਾ ਹੋਣ ਕਾਰਨ ਇੱਕ ਤਾਂ ਆਮਦਨ ਘਟੀ, ਉੱਤੋਂ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਅਤੇ ਘਰਾਂ ਦੀਆਂ ਕੰਸਟਰਕਸ਼ਨ ਕੋਸਟ ਜਿਹੜੀ ਹੈ ਉਹ ਵੱਧ ਗਈ, ਪਰ ਬਾਇਰ ਉਸ ਹਿਸਾਬ ਨਾਲ ਪੈਸੇ ਨਹੀਂ ਖਰਚ ਰਿਹਾ। ਜਨਵਰੀ 2023 ਦੇ ਵਿੱਚ ਜਿਹੜੇ ਇਲਾਕਿਆਂ 'ਚ ਇਸ ਰੀਅਲ ਸਟੇਟ ਬਿਜ਼ਨਸ ਨੂੰ ਢਾਹ ਲੱਗੀ ਉਹਨਾਂ ਵਿੱਚ ਵੈਨਕੂਵਰ, ਮੌਂਟਰੀਅਲ, ਐਡਮਿੰਟਨ ਵਰਗੇ ਪ੍ਰਮੁੱਖ ਸ਼ਹਿਰ ਸ਼ਾਮਲ ਨੇ ਜਿੱਥੇ ਸੰਘਣੀ ਵਸੋਂ ਵੀ ਹੈ ਕੈਨੇਡੀਅਨਸ ਦੀ ਵੀ ਅਤੇ ਜਿਹੜੇ ਹੋਰਨਾਂ ਮੁਲਕਾਂ ਤੋਂ ਪ੍ਰਵਾਸ ਕਰਕੇ ਜਾਂਦੇ ਆ ਉਹਨਾਂ ਦੀ ਵੀ। ਬਾਵਜੂਦ ਇਸਦੇ ਰੀਅਲ ਇਸਟੇਟ ਦਾ ਬਿਜ਼ਨਸ ਕਰਨ ਵਾਲਿਆਂ ਨੂੰ ਗਾਹਕ ਨਹੀਂ ਲੱਭੇ। ਜਨਵਰੀ 2022 ਤੋਂ ਪਹਿਲਾਂ ਇਹਨਾਂ ਹੀ ਘਰਾਂ ਦੀ ਕੀਮਤ ਜਿਹੜੀ ਹੈ ਉਹ $8,00,000 ਤੋਂ ਵੱਧ ਕੇ $8,67,000 ਕੈਨੇਡੀਅਨ ਡਾਲਰ ਤੱਕ ਪਹੁੰਚੀ ਸੀ। ਉਸ ਤੋਂ ਬਾਅਦ ਜਿਹੜੇ ਗੈਰ ਮੁਲਕਾਂ ਤੋਂ ਕੈਨੇਡਾ ਲੋਕ ਗਏ, ਜਿਨ੍ਹਾਂ ਨੇ ਉੱਥੋਂ ਦੇ ਰੀਅਲ ਇਸਟੇਟ ਵਿੱਚ ਇਨਵੈਸਟਮੈਂਟ ਕੀਤੀ, ਉਹਨਾਂ ਨੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੀਮਤਾਂ ਦੇ ਵਿੱਚ ਬਹੁਤ ਭਾਰੀ ਫਲਕਚੁਏਸ਼ਨ ਦੇਖਣ ਨੂੰ ਮਿਲੀ। ਪਰ ਕਿਉਂਕਿ ਲੋਕਾਂ ਕੋਲ ਇਸ ਵੇਲੇ ਕੰਮ ਨਹੀਂ ਹੈ, ਲੋਕਾਂ ਦੇ ਰੁਜ਼ਗਾਰ ਸਹੀ ਢੰਗ ਨਾਲ ਨਹੀਂ ਚੱਲ ਰਹੇ, ਲੋਕਾਂ ਦੇ ਕਾਰੋਬਾਰ ਬੰਦ ਵੀ ਹੋਏ, ਕਈ ਆਪ ਹੀ ਵਾਈਂਡ ਅਪ ਕਰ ਗਏ, ਜਿਸ ਦੇ ਚੱਲਦਿਆਂ ਹੁਣ ਰੀਅਲ ਇਸਟੇਟ ਬਿਜ਼ਨਸ ਜਿਹੜਾ ਉਹ ਭਾਰੀ ਮੰਦੀ ਦਾ ਸਾਹਮਣਾ ਕਰ ਰਿਹਾ। ਕੈਨੇਡਾ ਦੇ ਵਿੱਚ ਲੋਕ ਸੁਨਹਿਰੀ ਸੁਪਨੇ ਲੈ ਕੇ ਜਾਂਦੇ ਨੇ, ਸੁਨਹਿਰੀ ਭਵਿੱਖ ਦੀ ਆਸ 'ਚ ਕੈਨੇਡਾ ਪ੍ਰਵਾਸ ਕਰਦੇ ਨੇ, ਬਹੁਤ ਸਾਰੇ ਭਾਰਤੀ ਪੰਜਾਬੀ ਸਟੂਡੈਂਟਸ ਦੇ ਤੌਰ 'ਤੇ ਪ੍ਰਵਾਸ ਕਰਦੇ ਨੇ, ਬਿਜ਼ਨਸ ਵੀਜ਼ਾਸ ਦੇ ਤੌਰ 'ਤੇ ਪ੍ਰਵਾਸ ਕਰਦੇ ਨੇ, ਪਰ ਉਹ ਇਸ ਵਾਰੀ ਆਪੋ ਆਪਣਾ ਘਰ ਖਰੀਦਣ 'ਚ ਅਸਮਰਥ ਰਹੇ। ਉਹਦਾ ਕਾਰਨ ਸੀ ਬੈਂਕ ਆਫ ਕੈਨੇਡਾ ਨੇ ਜਿਹੜੀਆਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ। Subscribe to One India channel and never miss an update.